بسم اللہ الرحمن الرحیم جڑے میرے بہن بھائی بچیاں بچے مینوں ویکھدے نے انہاں نوں السلام علیکم اج دا ویلو کرنا ہے مرحوم تے پر اس توں پہلے چند گلاں چند گزارش برے بندے نوں لبھن ٹڑیا تے برا نہ لبھیا کوئی اے بزرگ کہندے نے میں اپنے پاکستان دا حال ویکھنا تے میرا دل خون دے اثر ہوندا ہے ਇਹ ਫਕੀਰ ਦਾ ਮਿੰਤ ਕਰ ਸਕਦਾ ਖੁਦਾ ਦਾ ਵਾਸਤਾ ਮੇਰਾ ਐਵਾਸ ਬੰਨਾ ਅੱਲਾ ਦਾ ਵਾਸਤਾ ਮੈਂ ਆਪਣੇ ਤਾਕਤ ਨਾਲ ਕੇ ਆਪਣੇ ਜੱਜ ਆਪਣੇ ਜਰਨੈਲ ਆਪਣੇ ਸਰਮਾਇਦਾਰ ਜਿਹੜੇ ਪਾਕਿਸਤਾਨ ਦੇ ਕਰਤਾ ਦਰਤਾ ਨੇ ਉਹਨਾਂ ਨੂੰ ਮਿੰਤ ਕਰਕੇ ਕਰ ਕਿ ਖੁਦਾ ਦਾ ਵਾਸਤਾ ਜੇ ਆਪਣੇ ਅੰਦਰ ਚਾਤੀ ਮਾਰੋ ਮੈਂ 22 ਕਰੋੜ ਆਵਾਮ ਨੂੰ ਵੀ ਇਹ ਕਹਿੰਦਾ ਕਿ ਆਪਣੇ ਅੰਦਰ ਜਾਤੀ ਮਾਰ ਸਾਡਾ ਪਾਕਿਸਤਾਨ ਕਿੰਨਾ ਹਾਲਾਤ ਹੈ ਇਹ ਵੇਖੋ ਸੋਚੋ ਗੌਰ ਕਰੋ ਸਾਡੀ ਬਦਕਿਸਮਤੀ ਇਹ ਕਿ ਅਸੀਂ ਸੱਚ ਉਹ ਸੁਣਨਾ ਚਾਹੁੰਦੇ ਹਾਂ ਜਿਹੜਾ ਸਾਨੂੰ ਚੰਗਾ ਲੱਗਦਾ ਦੂਜਾ ਸੱਚ ਅਸੀਂ ਨਹੀਂ ਸੁਣਦੇ ਸਾਨੂੰ ਪਸੰਦ ਨਹੀਂ ਆਉਂਦਾ ਅਸਲ ਸੱਚ ਉਹ ਹੈ ਜਿਹਨੂੰ ਆਖਿਆ ਪਾਂਬੜ ਲੱਗਦੇ ਹੈ ਸਾਡੇ ਬਜ਼ੁਰਗ ਕਹਿੰਦੇ ਬੁਰੇ ਬੰਦੇ ਨੂੰ ਲੱਭਣ ਟੁਰਿਆ ਤੇ ਬੁਰਾ ਨਾ ਲੱਭਾ ਕੋਈ ਆਪਣੇ ਅੰਦਰ ਝਾਤੀ ਮਾਰੀ ਵੇਖੋ ਬੁਰਾ ਨਾ ਕੋਈ ਆਪਣੇ ਅੰਦਰ ਝਾਤੀ ਮਾਰੋ ਵੇਖੋ ਸੋਚੋ ਗੌਰ ਕਰੋ ਇਕੱਲੇ ਬਹਿ ਕੇ ਨਹੀਂ ਤਾਂ ਅੱਗੇ ਉੱਤੇ ਹਿਸਾਬ ਲੈਣ ਵਾਲਾ ਵੀ ਬੈਠਾ ਕਿਹੜੇ ਮੂੰਹ ਨਾਲ ਕਿਵੇਂ ਹਿਸਾਬ ਕਰੋ ਮੇਰਾ ਤਾਂ ਕੰਮ ਹੈ ਮਿਹਨਤ ਕਰਨੀ ਅੱਗੇ ਤੁਹਾਡੀ ਮਰਜ਼ੀ ਜੋ ਤੁਹਾਡਾ ਦਿਲ ਵਾਲਾ ਕਰੋ ਜੋ ਦਿਲ ਵਾਲਾ ਨਾ ਕਰੋ ਅੱਛਾ ਕਰੋਗੇ ਤਾਂ ਅੱਛਾ ਸਿਰਾ ਪਾਓਗੇ ਨਾ ਕਰੋਗੇ ਤਾਂ ਤੁਹਾਡੀ ਅੱਲਾ ਅੱਲਾ ਤੇ ਖੈਰ ਸਲਾ ਹੁਣ ਆ ਜਾਂਦੇ ਹਾਂ ਅਮਰੂਦ ਦੇ ਪਾਸੇ ਇਹ ਤਾਂ ਤੁਸੀਂ ਜਦੋਂ ਮਰਜ਼ੀ ਅੱਜ ਕੱਲ੍ਹ ਦਾ ਦੌਰ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਵੀ ਲੋਕ ਖੋਲੋ ਅਮਰੂਦ ਦਾ ਨਾ ਲਵੋ ਮਰੂਦਾਂ ਦੀ ਲਹਿਰ ਲੱਗ ਜਾਏਗੀ ਤੁਹਾਨੂੰ ਦੱਸਣ ਵਾਲੇ ਹਜ਼ਾਰ ਹਾਂ ਲੱਖਾਂ ਜਿਹੜੇ ਤੁਹਾਨੂੰ ਇਹ ਦੱਸਦੇ ਨੇ ਇਹਦੇ ਫਾਇਦੇ ਇਹਦੇ ਫਾਇਦੇ ਇਹਦੇ ਫਾਇਦੇ ਜੋ ਜਿਹਦੇ ਮੂੰਹ 'ਚ ਆਉਂਦਾ ਕੀਤੀ ਜਾਂਦਾ ਮੈਂ ਉਹ ਗੱਲਾਂ ਕਰਨਾ ਜਿਹੜੀਆਂ ਮੈਂ ਆਪਣੇ ਤਜਰਬੇ 'ਚ ਲਿਆਂਦੀਆਂ ਨੇ ਮੇਰੇ ਜਿਹੜੇ ਬੱਚਿਆਂ ਨੂੰ ਬਵਾਸੀਰ ਹੋ ਜਾਂਦੀਆਂ ਉਹਦੇ ਵਾਸਤੇ ਮਰੂਦ ਵਗਰੀ ਚੀਜ਼ ਹੀ ਕੋਈ ਕਰਨਾ ਕੀ ਚੰਗੀ ਤਰ੍ਹਾਂ ਸਾਬਣ ਨਾਲ ਵਾਗੋ ਧੋਣਾ ਚੰਗੀ ਤਰ੍ਹਾਂ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ ਨਾ ਸਾਡਾ ਇਹਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਸਪਰੇਅ ਕਰਦੇ ਨੇ ਉਹਨੂੰ ਚਮਕਾਉਣ ਵਾਸਤੇ ਸਪਰੇਅ ਕੀਤੇ ਜਾਂਦੇ ਨੇ ਉੱਥੇ ਉਹਨੂੰ ਚੰਗੀ ਤਰ੍ਹਾਂ ਧੋ ਲਓ ਧੋ ਕੇ ਉਹਨੂੰ ਕੱਟੋ ਕੱਟ ਕੇ ਇੱਕ ਸਵੇਰੇ ਖਾ ਲਓ ਇੱਕ 4 ਵਜੇ ਖਾ ਲਓ ਬਸ ਇੰਨਾ ਕੰਮ ਹੈ ਹੋਰ ਕੁਛ ਵੀ ਨਹੀਂ ਕਰਨਾ ਇੱਕ ਸੁਬਹਾ ਖਾਓ ਇੱਕ 4 ਵਜੇ ਖਾ ਲਓ ਬਸ ਇਸ ਤੋਂ ਇਲਾਵਾ ਹੋਰ ਕੀ ਕਰਨਾ ਮਰੂਦ ਦੇ ਪੱਤੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਬਾਹਰ ਤਰੇਲ 'ਚ ਰੱਖ ਦਿਓ ਉਹਦੇ 'ਚ ਗਲਾਸ ਪਾਣੀ ਪਾ ਲਓ ਸੁਬਹਾ ਉੱਠੋ ਉਹਨਾਂ ਨੂੰ ਰੋੜ ਲਓ ਉਹਦੇ 5-4 ਦਾਣੇ 10-15 ਪੱਤੇ ਮਰੂਦ ਦੇ ਪੱਤੇ ਉਹਨਾਂ ਵਿੱਚ ਸਵੇਰੇ 5-4 ਦਾਣੇ ਕਾਲੀ ਮਿਰਚਾਂ ਦੇ ਇੱਕ ਸਬਜ਼ ਇਲਾਚੀ ਇਹਨੂੰ ਸੁੱਟੋ ਕੂਲੇ ਡੰਡੇ ਰਗੜ ਲਓ ਰਗੜ ਕੇ ਲੂਣ ਮਿੱਠਾ ਆਪਣੀ ਮਰਜ਼ੀ ਦਾ ਪਾਓ ਤੇ ਗਲਾਸ ਸਵੇਰੇ ਪੀ ਲਓ ਬਸ ਅੱਲਾ ਅੱਲਾ ਤੇ ਕਹਿ ਦਿੰਦਾ ਇਨਸ਼ਾਅੱਲਾ ਮੈਂ ਤੁਹਾਨੂੰ ਇਹ ਗਰੰਟੀ ਨਾਲ ਕਹਿੰਦਾ ਦਿਨਾਂ ਦੇ ਵਿੱਚ ਬਾਬਾ ਸਿਰ ਖਤਮ ਹੋ ਜਾਏ ਇਸ ਤੋਂ ਇਲਾਵਾ ਨਜ਼ਰ ਵਾਸਤੇ ਦੰਦਾਂ ਵਾਸਤੇ ਮੋਟਾਪੇ ਵਾਸਤੇ ਕੁਛ ਨਹੀਂ ਕਰਨਾ ਇੱਕ ਮਰੂਦ ਸਵੇਰੇ ਖਾ ਲਓ ਇੱਕ 4 ਵਜੇ ਖਾ ਲਓ ਅੱਲਾ ਅੱਲਾ ਦੇ ਫੈਸਲਾ ਖਾਣਾ ਚਿੱਥ ਕੇ ਆ ਚੱਬ ਕੇ ਆ ਚਿਥੜ ਕੇ ਆ ਸਾਬਤ ਨਹੀਂ ਬਈ ਵੀ ਉੱਧਰ ਜਾਲਣ ਚਿਥੜ ਲੈ ਪਰ ਇਹ ਆ ਛੱਤੇ ਹੋ ਉਹਨਾਂ ਚੰਗੀ ਤਰ੍ਹਾਂ ਧੋ ਲਓ ਇਸ ਤੋਂ ਇਲਾਵਾ 10-15 ਪੱਤਰ ਲਓ ਮਰੂਦਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਧੋ ਕੇ ਪਾਣੀ ਬਾਲੋ ਉਹਦੇ ਵਿੱਚ ਸੁੱਟੋ 5-7 ਬਾਲੇ ਦਿਓ ਪੁਣ ਲਵੋ ਪੁਣ ਕੇ ਪੀਵੋ ਇੱਕ ਕੱਪ ਸਵੇਰੇ ਪੀ ਲਓ ਇੱਕ 4 ਵਜੇ ਪੀ ਲਓ ਇਹਦੇ ਨਾਲ ਤੁਹਾਨੂੰ ਮਜ਼ੇ ਵਾਲੀ ਗੱਲ ਦੱਸਿਆ ਸ਼ੂਗਰ ਲੈਵਲ ਵੀ ਠੀਕ ਰਹਿੰਦਾ ਸ਼ੂਗਰ ਦੇ ਮਰੀਜ਼ ਵੀ ਇਹ ਇਸਤੇਮਾਲ ਕਰ ਇੱਕ ਮਰੂਦ ਸਵੇਰੇ ਖਾ ਲੈਣ ਸ਼ਾਮ ਨੂੰ ਖਾ ਲੈਣ ਇੰਨਾ ਫਾਇਦੇਮੰਦ ਹੈ ਦਿਲ ਦੀ ਹਿਫਾਜ਼ ਕਰਦਾ ਜਿਗਰ ਦੀ ਹਿਫਾਜ਼ ਕਰਦਾ ਮੇਦੇ ਦੀ ਆਂਦਰਾਂ ਦੀ ਇਹ ਕੁਦਰਤ ਦੀਆਂ ਨਿਹਮਤਾਂ ਜੋ ਨਿਹਮਤ ਹੈ ਸਾਡੀ ਬਦਕਿਸਮਤੀ ਅਸੀਂ ਇਹ ਛੱਡ ਦਿੱਤਾ ਕੁਦਰਤੀ ਚੀਜ਼ਾਂ ਛੱਡ ਦਿੱਤੀਆਂ ਨੇ ਪੈਪਸੀ ਬਰਗਰ ਦੇ ਪਿੱਛੇ ਭੱਜ ਰੱਖੇ ਹਾਂ
ਬੱਚੇ ਨੇ ਤੇ ਉਹ ਚਿਪਸਾਂ ਤੇ ਦੂਜਾ ਤੀਜਾ ਪਾਪੜਾ ਪਿੱਛੇ ਪੱਜ ਉੱਠਣ ਬੱਚਿਆਂ ਨੂੰ ਫਰੂਟ ਦੀ ਆਦਤ ਪਾਓ ਇਹ ਗਰੀਬਾਂ ਦਾ ਫਰੂਟ ਹੈ ਮੌਸਮੀ ਫਰੂਟ ਹੈ ਇਹ ਕੁਦਰਤ ਦਾ ਨਿਜ਼ਾਮ ਹੈ ਕਿ ਕੁਦਰਤ ਦੀ ਜ਼ਾਤ ਹਰ ਚੀਜ਼ ਮੌਸਮ ਦੇ ਲਿਹਾਜ਼ ਨਾਲ ਬੰਦੇ ਦੀ ਇਨਸਾਨ ਦੀ ਹਿਫਾਜ਼ਤ ਵਾਸਤੇ ਬਣੀ ਅਸੀਂ ਬਦਕਿਸਮਤ ਦਾ ਅਸੀਂ ਇਹਦਾ ਫਾਇਦਾ ਨਹੀਂ ਉਠਾਉਂਦੇ ਮੈਂ ਸਾਰਿਆਂ ਦੇ ਉਸਲ ਕਰਨਾ ਕਹਿੰਦਾ ਫਾਇਦਾ ਉਠਾਓ ਅੱਗੇ ਤੁਹਾਡੀ ਮਰਜ਼ੀ ਹੈ ਮੇਰਾ ਕੰਮ ਹੈ ਦੱਸਣਾ ਉਹ ਮੇਰੇ ਬੱਚੇ ਨੇ ਮੇਰੀ ਡਿਊਟੀ ਲਾਈ ਬਾਬਾ ਉਹਦੇ ਤਜਰਬਾ ਜੋ ਤੇ ਰਹੇਗਾ ਉਹਦੇ ਮੁਤਾਬਕ ਸਾਨੂੰ ਦੱਸੀ ਜਾ ਮੈਂ ਦੱਸੀ ਜਾਣਾ ਮੈਂ ਉਹ ਚੀਜ਼ਾਂ ਦੱਸਣਾ ਪਿਆ ਜਿਹੜੀਆਂ ਚੀਜ਼ਾਂ ਮੇਰੇ ਤਜਰਬੇ 'ਚ ਨੇ ਔਰ ਮੈਂ ਆਪਣੇ ਦੋਸਤਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਇਹ ਇਸਤੇਮਾਲ ਕਰਵਾਈਆਂ ਦੂਜੀ ਚੀਜ਼ ਨਹੀਂ ਤੁਹਾਨੂੰ ਦੱਸਦਾ ਉਹ ਫਿਰ ਮਜ਼ੇ ਵਾਲੀ ਗੱਲ ਹੈ ਕਿ ਇਹ ਬਿਲਕੁਲ ਗਰੀਬਾਂ ਦੀ ਆਮ ਚੀਜ਼ ਹੈ ਸਾਡੇ ਇਲਾਕੇ ਦਾ ਆਪ ਅਸੀਂ ਚਾਗ ਬਾਗ 'ਚ ਤੋੜ ਲਿਆ ਮੁੱਲ ਲਵੋ ਤੇ ਉਹ ਵੀ ਸਸਤੇ ਲੱਭ ਜਾਂਦੇ ਨੇ ਇਹਨਾਂ ਨੂੰ ਇਸਤੇਮਾਲ ਕਰੋ ਤੁਹਾਡਾ ਜਿਗਰ ਦੀ ਹਿਫਾਜ਼ਤ ਕਰੇਗਾ ਤੁਹਾਡੇ ਤਿਲੇ ਦੀ ਪਿੱਤੇ ਦੀ ਲਬ ਲਬੇ ਦੀ ਸਾਰੀਆਂ ਚੀਜ਼ਾਂ ਦੀ ਹਿਫਾਜ਼ਤ ਕਰੇਗਾ ਮੈਂ ਤਾਂ ਸਿਰਫ ਇੱਕ ਮਿੰਟ ਤੁਹਾਡੀ ਕੀਤੀ ਹੈ ਵੀ ਜਿਹੜੇ ਪੈਸੇ ਤੁਸੀਂ ਡਾਕਟਰ ਨੂੰ ਦਿੰਦੇ ਜੇ ਕੋਈ ਡਾਕਟਰ ਤੁਹਾਨੂੰ ਇਹ ਨਹੀਂ ਦੱਸਦਾ ਜਿਹੜੀਆਂ ਚੀਜ਼ਾਂ ਤੁਹਾਡਾ ਫਕੀਰ ਬਜ਼ੁਰਗ ਤੁਹਾਡਾ ਤੁਹਾਨੂੰ ਦੱਸਣ ਡਿਆ ਕਿ ਤੁਸੀਂ ਜਿਹੜੇ ਪੈਸੇ ਦਵਾਈਆਂ ਦੇ ਟੀਕਿਆਂ ਦੇ ਡਾਕਟਰ ਕੋਲ ਜਾਂਦੇ ਤਾਂ ਤੁਹਾਨੂੰ ਡਾਕਟਰ ਨੇ ਇਹ ਨਹੀਂ ਕਹਿਣਾ ਵੀ ਤੂੰ ਅਮਰੂਦ ਖਾ ਲਿਆ ਕਰ ਉਹਨੇ ਦਵਾਈ ਲਿਖਣੀ ਪਰਚੀ ਬਣਾਉਣੀ ਫੀਸ ਲੈਣੀ ਪਰ ਟੈਸਟ ਲਿਖਾਈ ਜਾਏਗਾ ਫੀਸਾਂ ਲਈ ਜਾਏਗਾ ਅਸਲ ਪਾਸੇ ਨਹੀਂ ਆਉਂਦੇ ਨਾ ਕੋਈ ਘੇਮ ਆਉਂਦਾ ਨਾ ਦੂਸਰੇ ਆਉਂਦੇ ਨੇ ਵੀਡੀਓ ਬਣਾਉਂਦੇ ਨੇ ਰਿਸਰਚਾਂ ਕਰਦੇ ਨੇ ਮਗਰ ਜਦੋਂ ਤੱਕ ਕੋਈ ਦਵਾਈ ਲੈਣ ਜਾਓ ਤੁਹਾਨੂੰ ਨਹੀਂ ਦੱਸਿਆ ਇਹ ਫਕੀਰ ਤੁਹਾਨੂੰ ਦੱਸ ਸਕਦਾ ਕਰ ਲਓ ਤੁਹਾਡਾ ਫਾਇਦਾ ਨਾ ਕਰ ਲਓ ਤੁਹਾਡੀ ਮਰਜ਼ੀ ਮੇਰੀ ਤਾਂ ਇੱਕ ਦਰਖਾਸਤ ਇਹ ਆ ਵੀ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੇ ਬਾਬੇ ਦੀ ਇੱਕ ਚੀਜ਼ਾਂ ਨਾਲ ਬਿਹਤਰੀ ਮਹਿਸੂਸ ਕਰੇ ਠੀਕ ਹੋ ਜਾਏ ਉਹਨੇ ਸਿਰਫ ਇੱਕ ਕੰਮ ਕਰਨਾ ਉਹ ਆਪਣਾ ਦਾਦਾ ਲਾ ਲਿਆ ਕਿ ਮੈਂ 1,000 ਰੁਪਏ 2,000 ਰੁਪਏ 3,000 ਰੁਪਏ ਡਾਕਟਰ ਨੂੰ ਦੇਣੇ ਨੇ ਉਹਦਾ ਅੱਧਾ ਆਪਣੇ ਇਰਦ ਗਿਰਦ ਆਪਣੇ ਆਂਢ ਗੁਆਂਢ ਆਪਣੇ ਅਜ਼ੀਜ਼ੋ ਕਾਰਜ ਜਿਹੜਾ ਗਰੀਬ ਹੁੰਦੇ ਉਹਦੇ ਰੱਖਣਾ ਆਪਣੇ ਬੱਚਿਆਂ ਦੀ ਫੀਸ ਦੇ ਲੈ ਆਪਦਾ ਲੰਗਰ ਪਾਣੀ ਚਲਾ ਲੈਣ ਇਹ ਹੀ ਮੇਰੀ ਦਰਖਾਸਤ ਹੈ ਹੋ ਸਕਦਾ ਇਹ ਇਸੇ ਸਿਰੇ ਜੀ ਤੁਸੀਂ ਬਿਮਾਰੀਆਂ ਦਾ ਮਹਿਫੂਜ਼ ਰਹੋ ਤੁਹਾਨੂੰ ਬਿਮਾਰੀਆਂ ਇਹਦੇ ਵਿੱਚ ਦਵਾਈਆਂ ਦੀ ਜ਼ਰੂਰਤ ਨਾ ਪਵੇ ਅੱਲਾ ਇਜ਼ਾਤ ਤੁਹਾਨੂੰ ਮੈਨੂੰ ਸਾਰਿਆਂ ਦੇ ਸਮਾਨ 'ਚ ਰੱਖੇ ਆਪਣਾ ਇਰਦ ਗਿਰਦ ਆਪਣੇ ਦੋਸਤਾਂ ਅਜ਼ੀਜ਼ੋ ਕਰਨ ਦਾ ਖਿਆਲ ਰੱਖੋ ਅੱਲਾ ਇਜ਼ਾਤ ਤੁਹਾਡਾ ਮੇਰਾ ਅਸਲਾਮ ਵਾਲੇ